ਹੈਲੋ ਜੀ ਐਵਰੀਵਨ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਅਨਹਦ ਆਰਟ ਬੁਟੀਕਸ 'ਤੇ। ਅਸੀਂ ਅੱਜ ਫਿਰ ਤੋਂ ਇੱਕ ਵਾਰ ਤੁਹਾਡੇ ਲਈ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਆਏ ਹਾਂ, ਅਤੇ ਤੁਹਾਡਾ ਇੱਕ ਵਾਰ ਫਿਰ ਤੋਂ ਨਿੱਘਾ ਨਿੱਘਾ ਸਵਾਗਤ ਕਰਦੇ ਹਾਂ, ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ। ਅਤੇ ਹੁਣ ਭਾਅ ਜੀ ਵੱਲੋਂ ਸਤਿ ਸ਼੍ਰੀ ਅਕਾਲ ਲੋ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਕਰਦੇ ਹਾਂ ਜੀ ਆਪਣੇ ਯੂਟਿਊਬ ਚੈਨਲ 'ਤੇ। ਅਤੇ ਆਪਾਂ ਤੁਹਾਡੇ ਲਈ ਲੈ ਗਏ ਅੱਜ ਪਾਰਟੀ ਵੇਅਰ ਸੂਟ, ਬਹੁਤ ਸੋਹਣੇ ਸੋਹਣੇ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਦੱਸ ਦਵਾਂ ਆਪਣੀਆਂ ਭੈਣਾਂ ਨੂੰ, ਕਸਟਮਰ ਨੂੰ। ਉਹਨਾਂ ਪੁੱਛਣਾ ਜਿਹੜਾ ਸੂਟ ਮੈਡਮ ਨੇ ਪਾਇਆ, ਸਰ ਇਹ ਹੈਗਾ, ਮੇਰੀ ਰਿਕੁਐਸਟ ਇਹ ਹੈ ਕਿ ਆਹ ਕਲਰ ਨਹੀਂ ਹੈਗਾ, ਕਲਰ ਦੂਜੇ ਹੈਗੇ ਇਹਦੇ। ਹਾਂਜੀ, ਕਲਰ ਮਿਲ ਜਾਏਗਾ ਤੁਹਾਨੂੰ, ਹਾਂ ਸੂਟ ਦਿਖਾ ਦਿਓ ਬਾਹਰ ਆਣ ਕੇ। ਹਾਂ, ਕਲਰ ਕਲਰ ਆਪਸ਼ਨ ਇਹਦੇ ਵਿੱਚ, ਕਲਰ ਆਪਸ਼ਨ ਹੈਗੀ ਆ, ਐਂਬਰਾਇਡਰੀ ਹੈਗੀ ਜੀ, ਪੌਂਚੇ ਤੇ ਵੀ ਐਂਬਰਾਇਡਰੀ ਆ, ਇਹਦੇ ਬਾਟਮ ਤੇ ਆ, ਤੇ ਸਾਰੇ ਸੂਟ ਤੇ, ਸਾਰੇ ਸੂਟ ਤੇ ਦੁਪੱਟਾ ਜਿਹੜਾ ਔਰਗੈਂਜਾ ਦਾ, ਤੇ ਇਹ ਜਿਹੜਾ ਸੂਟ ਹੈ ਇਹ 'ਚ ਆਹ ਕਲਰ ਨਹੀਂ ਹੈਗਾ, ਹੋਰ ਕਲਰ ਮਿਲ ਜਾਣਗੇ, ਜੋਰਜੱਟ ਦੇ ਵਿੱਚ ਹੈ। ਤੇ ਆ ਜਾਓ, ਬਾਕੀ ਵੀਡੀਓ ਸ਼ੁਰੂ ਕਰ, ਤਾਂ ਪਾ ਕੇ ਹੁੰਦਾ ਕਿ ਤੁਹਾਨੂੰ ਪਤਾ ਆਈਡੀਆ ਹੋ ਜਾਂਦਾ, ਬਹੁਤ ਸੋਹਣਾ ਲੱਗਦਾ। ਹਾਂ, ਇੱਕ ਆਈਡੀਆ ਹੋ ਜਾਂਦਾ ਕਸਟਮਰ ਨੂੰ ਵੀ ਹਾਂ ਵੀ ਇਦਾਂ ਦੀ ਚੀਜ਼ ਬਣ ਜਾਂਦੀ ਹੈ, ਸਟਿਚ ਕਰਾ ਕੇ ਉਹਦੀ ਕਿੱਦਾਂ ਦੀ। ਅੱਜ ਕੱਲ ਉਹ ਮਾਰਕੀਟ 'ਚ ਕਹਿੰਦੇ ਨੇ ਨਾ, ਜੋ ਦਿਖਤਾ ਹੈ ਉਹੀ ਵਿਕਤਾ ਹੈ, ਉਹੀ ਵਿਕਤਾ ਹੈ ਬਸ। ਤੇ ਇਸ ਕਰਕੇ ਆਪਾਂ ਤੁਹਾਨੂੰ ਰੈਡੀ ਕਰਕੇ ਵੀ ਚੀਜ਼ਾਂ ਦੇਵਾਂਗੇ, ਰੈਡੀ ਵੀ ਸਾਡੇ ਕੋਲ ਮਿਲ ਜਾਂਦੀਆਂ ਨੇ। ਤੇ ਸਟਿਚਿੰਗ ਸਟਿਚਿੰਗ ਕੋਈ ਪ੍ਰੋਬਲਮ ਨਹੀਂ, ਜਿੱਦਾਂ ਦੀ ਮਰਜ਼ੀ ਕਰਾ ਲਿਓ, ਡਿਜ਼ਾਈਨਰ ਜੋ ਮਰਜ਼ੀ, ਐਵਰੀਥਿੰਗ। ਜਿੱਦਾਂ ਕਿ ਤੁਹਾਨੂੰ ਪਤਾ ਹੈ ਹੁਣ ਵੈਡਿੰਗ ਸੀਜ਼ਨ ਚੱਲ ਰਿਹਾ, ਹਾਂਜੀ ਹਾਂਜੀ, ਉਹਦੇ ਕਰਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਅਸੀਂ ਤੁਹਾਡੇ ਲਈ ਸੂਟ, ਵਧੀਆ ਤੋਂ ਵਧੀਆ ਪਾਰਟੀ ਵੇਅਰ ਸੂਟ, ਪਾਰਟੀ ਵੇਅਰ ਸੂਟ ਜਿੱਦਾਂ ਦੇ ਮਰਜ਼ੀ ਲੈ ਕੇ ਜਿੱਦਾਂ ਦੇ ਮਰਜ਼ੀ ਆ ਜਾਈਏ ਤੁਹਾਡੇ ਲਈ, ਪਰ ਤੁਹਾਡੇ ਲਈ ਕੀ ਕਹਿੰਦੇ ਆ, ਪਾਕਟ ਤੇ ਬੋਝ ਬਣਾਉਣਾ ਪਵੇ ਬਿਲਕੁਲ ਕਸਟਮਰ ਤੇ, ਇਹ ਵੀ ਚੀਜ਼ ਹਰ ਕੋਈ ਆਰਾਮ ਨਾਲ ਖਰੀਦੇ। ਹਾਂਜੀ, ਇਹ ਵੀ ਚੀਜ਼ ਆ ਵੀ ਖਰੀਦੇ ਤੇ ਚਲੋ ਕੋਈ ਸਾਡੇ ਵਰਗਾ ਵੀ ਖਰੀਦੇ, ਮਿਡਲ ਕਲਾਸ ਲੈ ਲੇ, ਸਾਡੇ ਮਤਲਬ ਕੋਈ ਵੀ ਸਾਡੇ ਕੋਲ, ਸਾਡੇ ਕੋਲ ਹਾਂਜੀ, ਸਾਡੇ ਕੋਲ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਮਿਲ ਜੂਗੀ ਤੁਹਾਨੂੰ। ਰੈਡੀ ਕਰਵਾਉਣੇ ਹੁਣ ਸੂਟ, ਉਹ ਵੀ ਕਰ ਆ ਸਕਦੇ ਜੇ ਤੁਸੀਂ ਆਲਰੇਡੀ ਸਾਡੇ ਬਣ ਰਹੇ ਨੇ ਸੂਟ, ਜਿਹੜੀਆਂ ਭੈਣਾਂ ਨੇ ਬਾਹਰੋਂ ਆਰਡਰ ਪਾਏ ਉਹਨਾਂ ਦੇ ਰੈਡੀ ਹੋਣ ਡੇ ਨੇ ਤੇ ਜਾ ਵੀ ਚੁੱਕੇ ਨੇ, ਤੇ ਆ ਜਾਓ ਤੁਹਾਨੂੰ ਕਰਾਉਂਦੇ ਹਾਂ ਚੈੱਕ ਆਪਾਂ ਅੱਜ ਦੇ ਸੂਟ। ਇਹ ਸਾਰੀ ਜਿਹੜੀ ਰੇਂਜ ਸਾਡੀ ਹੋਊਗੀ ਪਾਰਟੀ ਵੇਅਰ ਦੀ, ਇਹਦੇ ਵਿੱਚ ਆਉਣਗੇ ਔਰਗੈਂਜਾ ਦੇ ਤੇ ਉਹ ਪਾੜਾ ਸਿਲਕ ਤੇ ਸ਼ਿਮਰ ਦੇ। ਵੀਡੀਓ ਨੂੰ ਮਿਸ ਨਾ ਕਰਿਓ, ਐਂਡ ਤੱਕ ਬਣੇ ਰਹੋ, ਐਂਡ 'ਚ ਸੂਟ, ਐਂਡ 'ਚ ਐਂਡ ਲੈਸ ਹੋਣੇ ਨੇ ਸੂਟ। ਤੇ ਆ ਜਾਓ ਕਰਦੇ ਹਾਂ ਸ਼ੁਰੂ, ਪਹਿਲਾ ਸੂਟ ਕਰਦੇ ਆਪਾਂ, ਫਸਟ ਸੂਟ ਤੋਂ ਔਰਗੈਂਜਾ ਦਾ ਸੂਟ ਜੇ, ਲਵੈਂਡਰ ਸ਼ੇਡ ਦਾ ਪਲੱਸ ਹੈਂਡ ਵਰਕ ਦਾ ਡਿਜ਼ਾਈਨ ਜੀ ਇਹਦੇ ਵਿੱਚ। ਜਿੱਦਾਂ ਕਿ ਭਾਜੀ ਨੇ ਤੁਹਾਨੂੰ ਦੱਸ ਦਿੱਤਾ, ਇਹ ਔਰਗੈਂਜਾ ਦਾ ਸੂਟ ਹੈ ਵਿਦ ਪਰਪਲ ਪਰਪਲ ਕਲਰ। ਇਹ ਸ਼ਰਟ ਤੇ ਫਰੰਟ ਤੇ ਡਿਜ਼ਾਈਨ ਜੇ, ਇਹਦੇ ਵਿੱਚ ਸਾਰਾ ਤਿੱਲੇ ਦਾ ਵਰਕ ਹੈ ਪਲੱਸ ਥਰੈਡ ਵਰਕ ਹੈ, ਥਰੈਡ ਵਰਕ ਪਲੱਸ ਹੈਂਡ ਵਰਕ ਦਾ ਟੱਚ ਹੈ ਨਾਲ। ਹਾਂਜੀ ਬਿਲਕੁਲ, ਹੈਂਡ ਵਰਕ ਦਾ ਬਿਲਕੁਲ ਸੀਕੁਐਂਸ ਵਰਕ ਹੋਇਆ ਭਾਜੀ ਦੇ, ਛੜੀਆਂ ਵਾਲਾ ਆ ਸਾਰਾ, ਛੜੀਆਂ ਵਾਲਾ ਵਰਕ ਜੇ, ਤੇ ਬਹੁਤ ਹੀ ਪਿਆਰਾ। ਇਹਦੇ ਵਿੱਚ ਗਲੇ ਦਾ ਕੋਈ ਇਸ਼ੂ ਨਹੀਂ ਹੈ, ਕਈਆਂ ਨੂੰ ਚਲੋ ਨੈਕ ਤੇ ਡਿਜ਼ਾਈਨ ਆਪਣੀ ਮਰਜ਼ੀ ਨਾਲ ਪਵਾਉਣੇ ਹੁੰਦੇ ਆ, ਤੇ ਇਹ ਉਹਨਾਂ ਲਈ ਨੈਕ ਦੇ ਡਿਜ਼ਾਈਨ ਵਾਲੇ ਵੀ ਹੈਗੇ ਸੂਟ ਵਿੱਚ। ਹਾਂ, ਤੇ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਡਿਜ਼ਾਈਨ ਬਣਾਉਣਾ ਹੁੰਦਾ ਉਹਨਾਂ ਲਈ, ਇਹ ਸਾਰੇ ਲਾਈਨਿੰਗ ਵਾਲੇ ਬੇਸਿਕਲੀ ਸੂਟ ਆ, ਜਿੰਨੇ ਵੀ ਆਪਾਂ ਲੈ ਪਾਰਟੀ ਵੇਅਰ ਜਿਹੜੇ ਆਲਮੋਸਟ ਲਾਈਨਿੰਗ ਵਾਲੇ ਹੁੰਦੇ ਆ, ਲਾਈਨਿੰਗ ਜਾਏਗੀ ਇਹਨਾਂ ਨੂੰ। ਸੂਟ ਬਹੁਤ ਹੀ ਪਿਆਰਾ, ਇਹ ਵੀ ਕਲਰ ਬਹੁਤ ਸੋਹਣਾ ਹੈ। ਇਹਦਾ ਮੈਂ ਤੁਹਾਨੂੰ ਦੁਪੱਟਾ ਦਿਖਾਉਂਦੀ ਹਾਂ, ਦੁਪੱਟਾ ਵੀ ਔਰਗੈਂਜਾ ਦਾ ਹੈ, ਦੁਪੱਟੇ ਦੀ ਲੁੱਕ। ਐਕਚੁਅਲੀ ਮੈਨੂੰ ਇਦਾਂ ਦੇ ਸੂਟ ਤਾਂ ਪਸੰਦ ਆ ਕਿ ਦੁਪੱਟੇ ਲੁੱਕ ਇਹਨਾਂ ਦੀ ਹੈਵੀ ਤੇ ਲੈਨ ਚ ਬਹੁਤ ਹੀ ਲਾਈਟ ਵੇਟ, ਤਾਂ ਕਿ ਸਾਨੂੰ ਇਕੱਲੇ ਲੈਨ ਚ ਨਹੀਂ ਖਰੀਦਣ ਚ ਵੀ, ਸਾਰੇ ਤੇ ਔਰ ਉਹ ਵੀ ਪੂਰੀ ਫਿਨਿਸ਼ਿੰਗ ਦੇ ਨਾਲ। ਕੋਈ ਏਦਾਂ ਦਾ ਹੈ ਨੀ ਕਿ ਤੁਹਾਨੂੰ ਕੋਈ ਇਸ਼ੂ ਹੈ ਕਿ ਏਦਾਂ ਦਾ ਚਲਾਵਾਂ ਕੰਮ ਕੋਈ ਨੀ ਹੈਗਾ, ਰਫਲੀ ਕੰਮ ਨਹੀਂ ਹੈਗਾ, ਬਹੁਤ ਹੀ ਪਿਆਰਾ ਵਾ। ਇਹਦੇ ਵਿੱਚ ਤਿੱਲਾ ਵਰਕ ਪਲੱਸ ਥਰੈਡ ਵਰਕ ਦੁਪੱਟੇ ਦੇ ਵਿੱਚ। ਹਾਂਜੀ, ਤੇ ਇਹਦਾ ਜਿਹੜਾ ਰੇਟ
ਸਾਰੀ ਵੀਡੀਓ ਦਾ ਜਿਹੜਾ ਸੂਟਾਂ ਦਾ ਰੇਟ ਆ ਇੱਕੋ ਰੇਟ ਜੇ 1550 ਰੁਪਈਏ ਸ਼ਿਪਿੰਗ ਫਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਸ਼ਿਪਿੰਗ ਫਰੀ ਜੇ ਨੋਟ ਅਵੇਲੇਬਲ ਹੁਣੇ ਮੈਨੂੰ ਇੱਕ ਕਸਟਮਰ ਭੈਣ ਦਾ ਥੋੜਾ ਚਿਰ ਪਹਿਲਾਂ ਮੈਨੂੰ ਫੋਨ ਆਇਆ ਬਾਹਰੋਂ ਮੈਨੂੰ ਉਹਨਾਂ ਪੁੱਛਿਆ ਵੀ ਸ਼ਿਪਿੰਗ ਤੁਸੀਂ ਫਰੀ ਦੇਣ ਡਿਆ ਜੇ ਸ਼ਿਪਿੰਗ ਫਰੀ ਆ ਮੈਂ ਕਿਹਾ ਜੀ ਭੈਣ ਜੀ ਇੰਡੀਆ 'ਚ ਹੀ ਫਰੀ ਆ ਤੁਹਾਡੇ ਤੁਹਾਡੇ ਤਾਂ ਕੋਨੇ ਦਾ ਸੂਟ ਨੀ ਸਾਡਾ ਜਿੰਨੀ ਸ਼ਿਪਿੰਗ ਲੱਗ ਜਾਣੀ ਬਾਹਰ ਵਾਲਿਆਂ ਨੂੰ ਬਾਹਰ ਵਾਲਿਆਂ ਵਾਸਤੇ ਆਪਾਂ ਸ਼ਿਪਿੰਗ ਜਿਹੜੀ ਆ ਉਹ ਫਰੀ ਨਹੀਂ ਜੇ ਹੈਗੀ ਬੇਨਤੀ ਹੈ ਜੇ ਕਿਉਂਕਿ ਤੁਹਾਨੂੰ ਪਤਾ ਸ਼ਿਪਿੰਗ ਚਾਰਜ ਬਹੁਤ ਪੈਸੇ ਲੱਗਦੇ ਬਹੁਤ ਪੈਸੇ ਲੱਗਦੇ ਤੇ ਉਹਨੇ ਦਾ ਸਾਨੂੰ ਸੂਟ ਵੀ ਹੁੰਦਾ ਜਿੰਨਾ ਅਸੀਂ ਫਿਰ ਉਹ ਸ਼ਿਪਿੰਗ ਤੇ ਪੈਸੇ ਲੱਗਦੇ ਸ਼ਿਪਿੰਗ ਤੇ ਪੈਸੇ ਲੱਗ ਜਾਂਦੇ ਹਾਂ ਜੀ ਇਸ ਕਰਕੇ ਇਸ ਇੰਡੀਆ ਵਾਲੇ ਕਸਟਮਰਸ ਨੂੰ ਆਪਾਂ ਫਰੀ ਆਲ ਓਵਰ ਇੰਡੀਆ 'ਚ ਕਿਸੇ ਵੀ ਇੰਡੀਆ ਦੇ ਕਿਸੇ ਵੀ ਕੋਨੇ 'ਚ ਤੁਹਾਨੂੰ ਕਹੋਗੇ ਭੇਜ ਦਾਂਗੇ ਸੂਟ ਫਰੀ ਸ਼ਿਪਿੰਗ ਦੇ ਨਾਲ ਬਿਲਕੁਲ ਇਹ ਸੀ ਸਾਡਾ ਫਰਸਟ ਸੂਟ ਲੈਵੈਂਡਰ ਸ਼ੇਡ ਦੇ ਨਾਲ ਔਰਗੈਂਜਾ ਦਾ ਬੇਸ ਸੀ ਜੇ ਆਲ ਓਵਰ ਸੂਟ ਸੀ 5 ਮੀਟਰ ਤੇ ਪ੍ਰਾਈਸ ਇਹਦਾ 1500 1500 50 ਰੁਪਏ ਨੈਕਸਟ ਆ ਗਿਆ ਜੀ ਉਪਾੜਾ ਸਿਲਕ ਉਪਾੜਾ ਸਿਲਕ ਦੇ ਵਿੱਚ ਲਾਈਟ ਬਲੂ ਸ਼ੇਡ ਕਹਿ ਸਕਦੇ ਆ ਕਈ ਇਹਨੂੰ ਫਰੋਜ਼ੀ ਵੀ ਕਹਿ ਦਿੰਦੇ ਆ ਬਟ ਇਟਸ ਨਾਟ ਅ ਫਰੋਜ਼ੀ ਇਟਸ ਅ ਲਾਈਟ ਬਲੂ ਮਤਲਬ ਥੋੜਾ ਬਲੂਇਸ਼ ਹੈ ਲਾਈਟ ਬਲੂ ਦੇ ਵਿੱਚ ਬਹੁਤ ਹੀ ਪਿਆਰਾ ਇੱਥੇ ਸਾਰਾ ਤਿੱਲਾ ਵਰਕ 'ਚ ਸਾਰੇ ਤਿੱਲਾ ਪਲੱਸ ਮਿਰਰ ਤਿੱਲਾ ਵਰਕ ਹੈ ਪਲੱਸ ਮਿਰਰ ਵਰਕ ਹੈ ਸਾਰਾ ਇਹਦਾ ਬਾਰਡਰ ਹੈ ਫਰੰਟ ਦੇ ਉੱਪਰ ਔਰ ਇਹਦੇ ਵਿੱਚ ਲੈਸ ਵੀ ਪਲੱਸ ਇਹਦੇ ਵਿੱਚ ਲੈਸ ਦਾ ਵਰਕ ਹੈ ਉੱਪਰ ਇਹਦਾ ਗਲਾ ਬਹੁਤ ਹੀ ਪਿਆਰਾ ਬਣਿਆ ਗਲਾ ਦੇਖੋ ਗਲੇ ਦਾ ਡਿਜ਼ਾਈਨ ਬਹੁਤ ਹੀ ਪਿਆਰਾ ਇਹਦੇ ਵਿੱਚ ਸਾਨੂੰ ਬਹੁਤ ਪਲੱਸ ਪੁਆਇੰਟ ਨੇ ਘੇਰਾ ਵੀ ਜੇ ਗਲਾ ਵੀ ਜੇ ਇਹਦੀਆਂ ਸਲੀਵਸ ਵੀ ਹੈਗੀਆਂ ਪਲੱਸ ਇਹਦੀ ਬਾਜੂ ਦੇ ਐਮਬਰਾਇਡਰੀ ਆ ਉਹ ਵੀ ਸੇਮ ਮਿਰਰ ਵਰਕ ਐਂਡ ਤਿੱਲਾ ਵਰਕ ਔਰ ਬਾਜੂ ਦੇ ਉੱਪਰ ਦੇਖੋ ਬੂਟੀਆਂ ਵੀ ਛੋਟੀਆਂ ਛੋਟੀਆਂ ਬਹੁਤ ਹੀ ਪਿਆਰੀਆਂ ਬੂਟੀਆਂ ਇਹ ਸਾਡਾ ਥੋੜ੍ਹਾ ਕੰਟਰਾਸਟ ਸੂਟ ਹੈ ਜਿਸ ਤਰ੍ਹਾਂ ਇਹਦੇ ਉੱਪਰ ਤਿੱਲੇ ਦਾ ਵਰਕ ਹੈ ਗੋਲਡਨ ਦੇ ਵਿੱਚ ਉਸ ਤਰ੍ਹਾਂ ਹੀ ਅਸੀਂ ਗੋਲਡਨ ਇਹਦਾ ਬੇਸ ਦੁਪੱਟਾ ਜਿਹੜਾ ਉਹ ਤਿਆਰ ਕਰਵਾਇਆ ਗੋਲਡਨ ਕਲਰ ਦੇ ਵਿੱਚ ਦੁਪੱਟਾ ਬਹੁਤ ਹੀ ਪਿਆਰਾ ਔਰ ਖੁੱਲੇ ਖੁੱਲੇ ਦੁਪੱਟੇ ਇਹਦਾ ਵੀ ਸੇਮ ਪ੍ਰਾਈਸ ਜੇ ਸੇਮ ਸੇਮ ਸਾਰੀ ਵੀਡੀਓ ਹੀ ਐਂਡ ਤੱਕ ਵੇਖਿਓ ਵੀਡੀਓ ਐਂਡ ਦੇ ਸੂਟ ਐਂਡ ਕਰਾਉਣ ਵਾਲੇ ਨੇ ਇਹਦਾ ਕੰਟਰਾਸਟ ਬਹੁਤ ਪਿਆਰਾ ਹੈ ਕੰਟਰਾਸਟ ਬਹੁਤ ਹੀ ਪਿਆਰਾ ਜੇ ਹਾਂਜੀ ਤੇ ਬਿਲਕੁਲ ਹੀ ਪਾਕਟ ਫ੍ਰੈਂਡਲੀ ਤੇ ਬਜਟ ਸੂਟ ਕਹਿ ਸਕਦੇ ਜਿਹਨਾਂ ਨੂੰ ਤਾਂ ਕਿ ਸਾਡਾ ਸਗਨ ਬਜੇ ਵਿਆਹਾਂ 'ਚ ਦੇਣ ਲਈ ਵੀ ਅਸੀਂ ਜ਼ਿਆਦਾ ਪੈਸੇ ਖਰਚ ਲੈਂਦੇ ਹਾਂ ਫਿਰ ਆਪਾਂ ਸਗਨ ਦੇਣ ਜੋਗੇ ਕਈ ਵਾਰ ਸੋਚੀਦਾ ਹੁਣ ਸਗਨ ਕੀ ਦਈਏ ਆਹ ਇਟਸ ਅ ਵੈਰੀ ਟ੍ਰੈਂਡੀ ਸੂਟ ਹੁਣ ਇਹ ਟ੍ਰੈਂਡ ਬਹੁਤ ਚੱਲ ਰਿਹਾ ਇਸ ਕਲਰ ਦਾ ਮੋਰ ਪੰਖੀਆ ਸ਼ੇਡ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇਹਦਾ ਇੰਨਾ ਜ਼ਿਆਦਾ ਟ੍ਰੈਂਡ ਹੈ ਕਿ ਮੇਰੇ ਕੋਲ ਵੀ ਬਹੁਤ ਜਾਣਿਆਂ ਨੇ ਮੈਨੂੰ ਕਿਹਾ ਮੈਮ ਪਲੀਜ਼ ਮੋਰ ਪੰਖੀਆ ਸੂਟ ਜਿਹੜਾ ਉਹ ਸਾਨੂੰ ਦਿਖਾਓ ਅਤੇ ਇਹ ਜਿਹੜਾ ਹੈਗਾ ਜੇ ਸਾਡਾ ਉਪਾੜਾ ਸਿਲਕ ਦੇ ਵਿੱਚ ਨੈੱਕਵਰਕ ਬਹੁਤ ਹੀ ਸੋਹਣਾ ਬਣਿਆ ਹੈਂਡ ਵਰਕ ਵੀ ਹੈਗਾ ਜੇ ਅਤੇ ਤਿੱਲਾ ਵਰਕ ਵੀ ਹੈਗਾ ਅਤੇ ਥਰੈਡ ਵਰਕ ਵੀ ਹੈਗਾ ਸਤਿ ਸ਼੍ਰੀ ਅਕਾਲ ਜੀ ਬਾਰਡਰ ਬਹੁਤ ਸੋਹਣਾ ਹੈ ਸੈਂਟਰ ਦੇ ਵਿੱਚ ਦੋ ਫਲਾਵਰ ਨੇ ਉਹ ਵੀ ਬਹੁਤ ਹੀ ਪਿਆਰੇ ਆ ਤਿੱਲਾ ਵਰਕ ਪਲੱਸ ਥਰੈਡ ਪਲੱਸ ਸੀਕੁਐਂਸ ਵਰਕ ਹੈਂਡ ਵਰਕ ਸਾਰਾ ਇਹਦੇ ਵਿੱਚ ਹੈਗਾ ਜੇ ਔਰ ਇਹਦੇ ਨਾਲ ਸਾਡਾ ਕੰਟਰਾਸਟ ਹੈਗਾ ਜਿਹੜੇ ਵਿੱਚ ਫਲਾਵਰ ਹੈ ਪਿੰਕ ਕਲਰ ਦੇ ਮੈਨੂੰ ਨਾ ਕੱਲ ਪਰਸੋਂ ਮੈਸੇਜ ਕੀਤਾ ਕਹਿੰਦੇ ਭਾਜੀ ਜਦੋਂ ਮੈਡਮ ਬੋਲਦੇ ਤੁਸੀਂ ਕਿਉਂ ਨਹੀਂ ਬੋਲਦੇ ਹਾਂਜੀ ਤੇ ਮੈਂ ਉਹਨਾਂ ਨੂੰ ਇਹ ਕਿਹਾ ਮੈਂ ਕਿਹਾ ਵੀ ਮੈਡਮ ਜੀ ਮੈਂ ਕੀ ਬੋਲਾਂ ਮੈਂ ਕਿਹਾ ਜਿੰਨੀ ਉਹ ਡਿਟੇਲ 'ਚ ਦੱਸਦੇ ਮੇਰੇ ਕੋਲ ਬੋਲਿਆ ਨਹੀਂ ਜਾਂਦਾ ਅਸੀਂ ਤੇ ਟੂ ਦੀ ਪੁਆਇੰਟ ਗੱਲ ਕਰਨ ਵਾਲੇ ਮੈਂ ਕਿਹਾ ਇਹਦੇ ਸਿੱਧੇ ਸਿੱਧੇ ਤੇ ਮੈਡਮ ਐਕਸਪਲੇਨ ਕਰ ਦਿੰਦੇ ਥੋੜਾ ਜਿਹਾ ਖੁੱਲ ਕੇ ਸਾਰੇ ਦੀ ਮੰਮਾ ਹੀ ਆ ਮੇਰਾ ਨਾਮ ਰਾਜਵਿੰਦਰ ਕੌਰ ਹੈ ਥੈਂਕ ਯੂ ਜੀ ਬਹੁਤ ਅਸੀਂ ਐਕਸਪਲੇਨ ਤਾਂ ਵੈਸ ਕਰਕੇ ਕਰਦੇ ਹਾਂ ਕਿਉਂਕਿ ਮੈਨੂੰ ਪਤਾ ਹੈ ਲੇਡੀਜ਼ ਨੂੰ ਜਿੰਨਾ ਚਿਰ ਆਪਾਂ ਇੱਕ ਇੱਕ ਚੀਜ਼ ਸਾਨੂੰ ਦੁਕਾਨ ਵਾਲਾ ਦੱਸ ਨਾ ਦੇਵੇ
ਲੋੜ ਨੀ ਪੈਂਦੀ ਦੁਕਾਨ ਖਿਲਾਉਣ ਦੀ। ਬਿਲਕੁਲ, ਇਹ ਸਾਡਾ ਹੌਟ ਪਿੰਕ ਨਾਲ ਇਹਦੇ ਦੁਪੱਟਾ ਕੰਟਰਾਸਟ ਹੈ, ਉਹਦੇ ਨਾਲ ਜੋ ਉਹਦਾ ਥਰੈਡ ਵਰਕ ਹੈ ਉਹਦੇ ਨਾਲ ਹੀ ਦੁਪੱਟੇ ਦਾ ਕੰਟਰਾਸਟ ਹੈ, ਬਹੁਤ ਹੀ ਪਿਆਰਾ ਵਰਕ ਹੈ। ਔਰ ਇਹਦੇ ਵਿੱਚ ਜੋ ਇਹਦਾ ਬੇਸ ਹੈ ਮੋਰ ਪੰਖੀਆ, ਉਹਦੇ ਇਹਦੇ ਉੱਪਰ ਫਲਾਵਰ ਬਣੀ ਹੋਏ, ਬੂਟੀ ਦੇ ਫਲਾਵਰ ਵੇਖੋ ਬਹੁਤ ਸੋਹਣੇ ਆ, ਪਲੱਸ ਇਹਦੇ ਵਿੱਚ ਕੰਟਰਾਸਟ ਬਹੁਤ ਪਿਆਰੇ ਬਣਾਏ ਆ, ਬਹੁਤ ਪਿਆਰਾ ਕੰਟਰਾਸਟ ਹੈ ਔਰ ਤਿੱਲਾ ਵਰਕ ਹੈ ਪਲੱਸ ਇਹਦੇ ਨਾਲ। ਤੇ ਰੇਟ ਇਹਦਾ ਹੈਗਾ ਜੇ 1550 ਰੁਪਏ ਓਨਲੀ ਐਂਡ ਓਨਲੀ। ਹਾਂਜੀ, ਓਨਲੀ ਐਂਡ ਓਨਲੀ ਵਿਦ ਸ਼ਿਪਿੰਗ। ਰਾਜਵਿੰਦਰ ਹੈ ਮੇਰਾ ਨਾਮ। ਔਰ ਸਾਈਡਸ ਤੇ ਦੇ ਕਟ ਵਰਕ ਹੈ, ਸਾਰਾ ਕਟ ਵਰਕ ਹੈ, ਟੂ ਸਾਈਡ ਪੂਰਾ ਕਟ ਵਰਕ ਆਊਗਾ ਇਹਦਾ। ਤੇ ਇਹਦਾ ਸੀਕੁਐਂਸ ਵਰਕ ਬਹੁਤ ਸੋਹਣਾ ਹੋਇਆ, ਵਿੱਚ ਵਿੱਚ ਜਿਸ ਤਰ੍ਹਾਂ ਛੋਟੇ ਛੋਟੇ ਇਹਦੇ ਤਿੱਲੇ ਜੇ ਲਗਾਏ ਹੋਏ ਆ, ਬਹੁਤ ਹੀ ਪਿਆਰਾ ਵਰਕ ਹੈ, ਦੁਪੱਟਾ ਬਹੁਤ ਸੋਹਣਾ ਹੈ ਔਰ ਸੂਟ ਤੇ ਉਸ ਤੋਂ ਵੀ ਜ਼ਿਆਦਾ ਸੋਹਣਾ। ਹਾਂਜੀ, ਮੈਂ ਰਿਪਲਾਈ ਕੀਤਾ ਰਜਿੰਦਰ ਕੌਰ, ਮੈਂ ਕਿਹਾ ਕਿ ਰਾਜਾ ਸੰਸੀ ਅੜੀ ਸ਼ੌਪ ਆ ਤੇ ਤੁਸੀਂ ਜਦੋਂ ਆ ਦੇਖੋ ਸੂਟ ਬਹੁਤ ਪਿਆਰਾ ਹੈ, ਸੂਟ ਦਾ ਕਲਰ ਮਤਲਬ ਮੈਂ ਕਹਿ ਰਹੀ ਕਿ ਟ੍ਰੈਂਡੀ ਕਲਰ ਹੈ, ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੈ ਸੂਟ ਦਾ। ਤੇ ਸੂਟ ਸਾਡਾ ਬਹੁਤ ਹੀ ਜ਼ਿਆਦਾ ਪਿਆਰਾ ਐਂਡ ਇਟਸ ਓਨਲੀ 1550 ਨੈਕਸਟ ਆ ਗਿਆ ਸਾਡੇ ਕੋਲ ਅਗੇਨ। ਪੰਜਾਬੀ ਘੱਟ ਸਮਝ ਲੱਗਦੀ, ਮੈਂ ਮੈਨੂੰ ਕਹਿੰਦੇ ਸਰ ਥੋੜਾ ਹਿੰਦੀ ਚ ਐਕਸਪਲੇਨ ਕਰਿਆ ਕਰੋ, ਮੈਂ ਕਿਹਾ ਮੈਡਮ ਜੀ ਹਿੰਦੀ ਤੇ ਮੇਰੀ ਉਹ ਤੋਂ ਵੀ ਮਾੜੀ ਪੰਜਾਬੀ ਪੰਜਾਬੀ ਤੇ ਮੈਂ ਕਿਹਾ ਤੁਸੀਂ ਕਰ ਸਕਦੇ ਜੇ ਮੇਰੀ ਤੇ ਪੰਜਾਬੀ ਵੀ ਦਿਲਜੀਤ ਵਾਂਗੂ ਕਈ ਕਈ ਵਾਰੀ ਹਿੰਦੀ ਹਿੰਦੀ ਚ ਪੰਜਾਬੀ ਐਡ ਹੋ ਜਾਂਦੀ ਬਦੋ ਬਦੀ। ਨੈਕਸਟ ਅਗੇਨ ਸਾਡੇ ਕੋਲ ਆ ਗਿਆ ਬਹੁਤ ਟ੍ਰੈਂਡੀ ਕਲਰ ਔਰੇਂਜ, ਤੁਹਾਨੂੰ ਪਤਾ ਹੈ ਔਰੇਂਜ ਹੁਣ ਫਿਰ ਤੋਂ ਇੱਕ ਵਾਰ ਪਾਰਟੀ ਵੀਅਰ ਦੇ ਵਿੱਚ ਬਹੁਤ ਜ਼ਿਆਦਾ ਆ ਗਿਆ ਟ੍ਰੈਂਡ ਦੇ ਵਿੱਚ। ਇਹ ਮੈਨੂੰ ਲੱਗਦਾ ਜਿੱਦਾਂ ਨਾ ਰੈੱਡ ਆ ਨਾ ਔਰੇਂਜ ਆ, ਇਹ ਮਿਕਸ ਜੀ ਸ਼ੇਡ ਆ, ਮਿਕਸ ਸ਼ੇਡ ਹੁੰਦੀ ਹਾਂ, ਹਾਂ ਆਪਾਂ ਨਾ ਟਮਾਟਰੀ ਸ਼ੇਡ ਟਮਾਟਰੀ ਟਮਾਟਰੀ ਸਟਾਈਲ ਜੀ, ਹਾਂ ਤੇ ਇਹ ਉਹ ਕਲਰ ਹੈ ਤੇ ਬਹੁਤ ਹੀ ਪਿਆਰਾ ਸ਼ੇਡ ਆ, ਦੇਖੋ ਬੜਾ ਕਲੀਅਰ ਆ ਰਿਹਾ ਵੀਡੀਓ ਚ, ਸੇਮ ਐਜ਼ ਇਟ ਇਜ਼। ਹਾਂਜੀ, ਥੋੜਾ ਮਾਈਨਰ ਚੇਂਜ ਹੈਗਾ, ਓਕੇ, ਬਸ 19 ਦਾ ਫਰਕ ਹੋਏਗਾ, ਬਾਕੀ ਸਾਰਾ 21 ਦਾ, ਉਹ ਤੁਹਾਨੂੰ ਪਤਾ ਹੈ ਕੈਮਰਾ ਇਫੈਕਟ ਆ ਹੀ ਜਾਂਦਾ। ਹਾਂਜੀ ਬਿਲਕੁਲ, ਤੇ ਸ਼ੇਡ ਬਹੁਤ ਪਿਆਰੀ ਬਹੁਤ ਪਿਆਰੀ, ਇਹਦੇ ਵਿੱਚ ਵੀ ਹੈਂਡ ਵਰਕ ਹੈਗਾ ਜੀ, ਵਰਕ ਹੈ ਪਲੱਸ ਤਿੱਲਾ ਵਰਕ ਪਲੱਸ ਸੇਮ ਥਰੈਡ ਵਰਕ ਕੰਟਰਾਸਟ ਹੈ ਵੀ ਦੁਪੱਟੇ ਦੇ ਨਾਲ, ਇਹ ਬ੍ਰਾਈਡਲ ਲੁੱਕ ਜੀ ਆ ਸੂਟ ਦੀ, ਜਿੱਦਾਂ ਨਾ ਬ੍ਰਾਈਡਲ ਲੁੱਕ ਵੀ ਕਹਿ ਸਕਦੇ, ਬਟ ਅੱਜ ਕੱਲ ਤੇ ਤੁਹਾਨੂੰ ਪਤਾ ਆਪਾਂ ਲੋਕ ਵੀ ਸੂਟ ਪਾ ਹੀ ਲੈਨੇ ਆ, ਡਾਰਕ ਚਾਟ ਹੋਵੇ ਹਰ ਕੋਈ ਪਸੰਦ ਕਰਦਾ। ਇਹਦੇ ਵਿੱਚ ਦੇਖੋ ਸੈਂਟਰ ਦੇ ਵਿੱਚ ਜਿਹੜੀ ਸ਼ਰਟ ਹੋਣੀ ਹੈ ਨਾ, ਇਹ ਸੈਂਟਰ ਚ ਵਰਕ ਹੋਣਾ ਸਾਰਾ ਬਿਲਕੁਲ, ਔਰ ਨੀਚੇ ਫਿਰ ਇਹਦੇ ਨਾਲ ਆ ਜਾਣਾ ਸਾਡੇ ਕੋਲ ਘੇਰਾ ਵਰਕ, ਔਰ ਇਹਦੇ ਵਿੱਚ ਵੀ ਥਰੈਡ ਤਿੱਲਾ ਪਲੱਸ ਦੁਪੱਟਾ ਜਿੱਦਾਂ ਅਸੀਂ ਤੁਹਾਨੂੰ ਪਹਿਲਾਂ ਦਿਖਾਇਆ ਔਰਗੈਂਜ਼ਾ ਦੇ ਵਿੱਚ ਦੁਪੱਟਾ, ਸੀਕੁਐਂਸ ਵਰਕ ਥਰੈਡ ਵਰਕ ਐਂਡ ਅਗੇਨ ਤਿੱਲਾ, ਇਹਦੇ ਵਿੱਚ ਸਾਰਾ ਕਟ ਵਰਕ ਹੈ, ਸਾਈਡਸ ਤੇ ਕਟ ਵਰਕ ਹੈ, ਇਹਦੇ ਵਿੱਚ ਥੋੜੀ ਥਰੈਡ ਵਰਕ ਜਿਹੜਾ ਥੋੜਾ ਉੱਪਰ ਵੀ ਕੀਤਾ ਗਿਆ, ਬਹੁਤ ਹੀ ਪਿਆਰੇ ਤਰੀਕੇ ਸੇਮ ਬੇਸ ਦੇ ਨਾਲ ਦਾ ਹੀ ਇਹਦਾ ਕਲਰ ਕੰਟਰਾਸਟ ਦਿੱਤਾ ਹੈ, ਕਲਰ ਕੰਟਰਾਸਟ
ਤੇ ਬਹੁਤ ਪਿਆਰਾ ਕੰਟਰਾਸਟ ਹੈ ਫਰੋਜ਼ੀ ਦੇ ਨਾਲ, ਟਮਾਟਰੀ ਸ਼ੇਡ ਦਾ ਜਾਂ ਔਰੇਂਜ ਸ਼ੇਡ ਕਹਿ ਲਓ, ਬਹੁਤ ਪਿਆਰਾ ਕੰਟਰਾਸਟ ਹੈ। ਸੋ ਦੁਪੱਟਾ ਹੀ ਬਹੁਤ ਪਿਆਰਾ, ਇਹ ਐਕਚੁਲੀ ਇੱਦਾਂ ਦੇ ਦੁਪੱਟੇ ਆ, ਲੁੱਕ ਇਹਨਾਂ ਦੀ ਹੈਵੀ ਹੈ ਤੇ ਲੈਣ 'ਚ ਬਹੁਤ ਲਾਈਟ, ਬਹੁਤ ਲਾਈਟ ਆ ਤੇ ਰੇਟ ਵੀ ਲਾਈਟ ਆ, ਬਜਟ ਬਜਟ 'ਚ, ਬਜਟ ਸੂਟ ਨੇ, ਬਿਲਕੁਲ ਬਜਟ। ਇਹ ਕਲਰ ਨੂੰ ਹੁਣ ਤੁਹਾਨੂੰ ਅਸੀਂ ਕਿੱਦਾਂ ਐਕਸਪਲੇਨ ਕਰਨਾ ਇਹ ਅਸੀਂ ਸੋਚ ਰਹੇ ਹਾਂ। ਇਹ ਹੁਣ ਉਹ ਹੋ ਗਿਆ ਜੀ, ਕਈ ਨਾ ਪੰਜਾਬੀ 'ਚ ਕਹਿੰਦੇ ਹੁੰਦੇ ਆ ਜ਼ਹਿਰ ਮੂਰਾ ਰੰਗ ਨਹੀਂ ਹੈਗਾ, ਜ਼ਹਿਰ ਮੂਰਾ ਇਹ ਲੱਗੀ, ਜ਼ਹਿਰ ਪੰਜਾਬੀ ਦੇ ਜ਼ਹਿਰ ਮੂਰਾ ਰੰਗ ਹੈ, ਜ਼ਹਿਰ ਮੂਰਾ ਰੰਗ ਜੇ ਇਹਨੂੰ, ਇਹ ਵੀ ਰੰਗ ਤੁਸੀਂ ਖਰੀਦਣ ਤੋਂ ਪਹਿਲਾਂ 10 ਵਾਰੀ ਸੋਚੋਗੇ ਵੀ ਹੈਗਾ ਹੀ ਕਿ ਨਹੀਂ, ਜ਼ਹਿਰ ਹੀ ਲੱਗਣਾ ਜੇ ਐਂਡ ਕਰਾਉਣੇ ਨੇ, ਐਂਡ ਜ਼ਹਿਰ ਲੱਗਦੇ ਆ ਉਹਨਾਂ ਨੂੰ ਹੋਰ ਲੱਗਣਾ, ਹਾਂ ਕਈਆਂ ਨੂੰ ਜੱਟ ਜ਼ਹਿਰ ਲੱਗਦਾ, ਕਈਆਂ ਨੂੰ ਜੱਟ ਜ਼ਹਿਰ ਲੱਗਦਾ ਤੇ ਕਈਆਂ ਨੂੰ ਜੱਟੀ ਜ਼ਹਿਰ ਲੱਗਦੀ, ਇਹ ਉਹ ਜ਼ਹਿਰ ਮੂਰਾ ਕਲਰ ਜੇ। ਕੰਟਰਾਸਟ ਕਲਰ, ਕੰਟਰਾਸਟ ਇਹਦਾ ਵੀ ਬਹੁਤ ਪਿਆਰਾ ਹੈ, ਇਹਦੇ ਵਿੱਚ ਗਾਜਰੀ ਕਲਰ ਦੇ ਨਾਲ ਕਢਾਈ ਆ ਵਿਦ ਗ੍ਰੀਨ, ਉਹੀ ਜਿਹੜਾ ਸਾਰਿਆਂ ਦੇ ਵਿੱਚ ਉਹਨਾਂ ਨੇ ਥੋੜਾ ਥੋੜਾ ਗ੍ਰੀਨ ਸ਼ੇਡ ਦੀ ਦਿੱਤੀ ਹੈ, ਨਾਲ ਤਿੱਲਾ ਤਿੱਲਾ ਵਰਕ ਹੈਗਾ ਇਹਦੇ ਨਾਲ, ਪਲੱਸ ਇਹਦੀਆਂ ਸੇਮ ਸਲੀਵਸ ਬਣੀਆਂ ਹੋਈਆਂ, ਸੇਮ ਐਜ਼ ਇਟ ਇਜ਼ ਸਲੀਵਸ ਹੈ, ਬਾਰਡਰ ਉੱਪਰ ਫਲਾਵਰ ਦੀ ਐਮਬਰਾਇਡਰੀ, ਔਰ ਇਹ ਵੀ ਸ਼ਿਮਰ ਦੇ ਵਿੱਚ ਸਾਡੀ ਸ਼ਰਟ ਹੈ, ਸੈਮੀ ਕਰੇਪ ਦੇ ਵਿੱਚ ਸਾਡੀ ਇਹਦੀ ਬੋਟਮ ਹੈ, ਅਤੇ ਇਹ ਬਹੁਤ ਹੀ ਪਿਆਰੀ ਸੋਫਟ, ਔਰ ਇਹਦੇ ਨਾਲ ਅਗੇਨ ਉਹੀ ਔਰਗੈਂਜ਼ਾ ਦਾ ਦੁਪੱਟਾ, ਸੇਮ ਉਹੀ ਵਰਕ, ਕੱਟ ਵਰਕ ਸਾਈਡਸ ਦੇ ਉੱਪਰ, ਅਤੇ ਮੈਨੂੰ ਲੱਗਦਾ ਨਹੀਂ ਇਹਨੂੰ ਖੋਲ੍ਹ ਕੇ ਦਿਖਾਉਣ ਦੀ ਲੋੜ ਹੈ, ਦੁਪੱਟੇ ਸੇਮ ਹੀ ਆ ਸਾਰਿਆਂ ਦੇ, ਹਾਂਜੀ ਦੁਪੱਟਾ ਕੋਈ ਇਹਦੇ ਚ ਖਾਸ ਉਹਦੇ ਚ ਫਰਕ ਨਹੀਂ, ਡਿਜ਼ਾਈਨਿੰਗ ਸੇਮ ਹੈ, ਸਿਰਫ ਕਲਰ ਚ ਫਰਕ ਹੈ, ਕਲਰ ਵੀ ਸੇਮ ਹੀ ਆ ਇਹਨਾਂ ਦੇ, ਇਹਦੇ ਵਿੱਚ ਅਗੇਨ ਪਿਆਜੀ ਸ਼ੇਡ ਜਿਹਨੂੰ ਕਹਿ ਦਿੰਦੇ ਆਪਾਂ, ਉਹ ਸ਼ੇਡ ਜੇ ਬੋਰਵੀਰ ਸੰਧੂ ਆਖਦੇ ਨੇ ਤੁਹਾਡੀ ਫੈਮਿਲੀ ਵੀ ਨਾਈਸ ਹੈ ਤੇ ਸੂਟ ਵੀ ਨਾਈਸ ਹੈ, ਥੈਂਕ ਯੂ ਜੀ ਥੈਂਕ ਯੂ, ਇਹਦੇ ਵਿੱਚ ਅਗੇਨ ਸੂਟ ਉਹੀ ਸੇਮ ਡਿਜ਼ਾਈਨਿੰਗ ਲਾਈਨਿੰਗ ਪਲੱਸ ਫਲਾਵਰ, ਔਰ ਅਗੇਨ ਨੈਕ ਪੈਚ ਵਰਕ ਹੋਇਆ ਹੋਇਆ ਸਾਰਾ ਵਿੱਚ, ਇਹਦਾ ਵੀ ਕੰਟਰਾਸਟ ਬਹੁਤ ਪਿਆਰਾ ਹੈ, ਫਰੋਜ਼ੀ ਪਲੱਸ ਯੈਲੋ ਪਲੱਸ ਤਿੱਲਾ ਵਰਕ, ਬਹੁਤ ਹੀ ਸੋਹਣਾ ਕੰਟਰਾਸਟ ਹੈ, ਨੈਕ ਤੁਸੀਂ ਆਪਣੇ ਅਕੋਰਡਿੰਗ ਡਿਜ਼ਾਈਨ ਕਰਾ ਸਕਦੇ ਹੋ, ਬਾਜੂ ਵਰਕ ਬਹੁਤ ਹੀ ਪਿਆਰਾ ਹੈ, ਇਹ ਵੀ ਸੇਮ ਹੈ, ਸੇਮ ਐਜ਼ ਇਟ ਇਜ਼ ਜੋ ਬਾਰਡਰ 'ਤੇ ਉਹੀ ਇਹਦੇ ਉੱਪਰ ਹੈ, ਬਹੁਤ ਸੋਹਣਾ ਕਲਰ ਹੈ ਇਹਦਾ ਵੀ ਪਿਆਜ਼ੀ ਸ਼ੇਡ ਦੇ ਵਿੱਚ, ਇਹਦੀ ਵੀ ਸੈਮੀ ਕਰੇਪ ਦੇ ਵਿੱਚ ਬੋਟਮ ਦੇ, ਬਹੁਤ ਸੋਹਣੀ ਬੋਟਮ ਹੈ ਇਹਦੀ, ਮਹਿੰਦੀ ਸ਼ੇਡ ਦੇ ਵਿੱਚ ਦਿਖਾਈ ਆ, ਬਹੁਤ ਸੋਹਣਾ ਦੁਪੱਟਾ ਹੈ, ਸੀਕੁਐਂਸ ਵਰਕ ਪਲੱਸ ਵੀਵਿੰਗ ਹੋਈ ਆ ਸਾਰੀ ਵਿੱਚ, ਸੀਕੁਐਂਸ ਵੀ ਕੱਟ ਵਰਕ ਹੈ, ਉਹੀ ਬੂਟੀ ਦਾ ਡਿਜ਼ਾਈਨ ਹੈ, ਵੇਖੋ ਕਿੰਨੀਆਂ ਲਾਈਨਾਂ, 1 2 3 4 5 ਪੰਜ ਲਾਈਨਾਂ ਆ ਗਈਆਂ ਸੂਟ ਵਿੱਚ ਕਢਾਈਆਂ ਵਾਲੀਆਂ, ਤੇ 1550 ਰੁਪਏ ਰੇਟ ਤੇ ਸ਼ਿਪਿੰਗ ਹੈਗੀ ਜੇ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ, ਬਾਹਰ ਬੈਠੀਆਂ ਭੈਣਾਂ ਮੇਰੀਆਂ ਜਿਹੜੀਆਂ ਆਰਡਰ ਕਰਨਾ ਚਾਹੁੰਦੀਆਂ ਕਰ ਸਕਦੀਆਂ, ਆਪਣੀ ਫੈਮਿਲੀ ਨੂੰ ਗਿਫਟ ਦੇ ਸਕਦੀਆਂ, ਜਿੱਦਾਂ ਮਰਜ਼ੀ ਆਰਡਰ ਪਾ ਲਓ, ਕੋਈ ਰੌਲਾ ਨਹੀਂ, ਆਪਾਂ ਭੇਜਾਂਗੇ ਜਿੱਥੇ ਤੁਸੀਂ ਕਹੋਗੇ ਉੱਥੇ ਤੁਹਾਡਾ, ਹਾਂਜੀ। ਤੇ ਬਾਕੀ ਇਹ ਸਾਡੀ ਸੀਗੀ ਅੱਜ ਦੀ ਪਾਰਟੀ ਵੀਰ ਕਲੈਕਸ਼ਨ, ਤੇ ਆਸ ਕਰਦੇ ਹਾਂ ਕਿ ਪਿਛਲੀਆਂ ਵੀਡੀਓ ਵਾਂਗੂ ਤੁਸੀਂ ਇਹਨੂੰ ਵੀ ਪੂਰੀ ਫੁੱਲ ਸਪੋਰਟ ਤੇ ਫੁੱਲ ਪਿਆਰ ਦਿਓਗੇ, ਤੇ ਇਦਾਂ ਹੀ ਮਿਲਦੇ ਰਹਾਂਗੇ ਤੁਹਾਨੂੰ ਆਪਾਂ ਨਵੀਆਂ ਵੀਡੀਓ ਦੇ ਵਿੱਚ, ਨਵੀਂ ਕਲੈਕਸ਼ਨ ਦੇ ਵਿੱਚ, ਤੇ ਸਾਡੇ ਚੈਨਲ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ, ਬਾਏ ਬਾਏ, ਥੈਂਕ ਯੂ ਜੀ।